वाहे गुरु 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 सब सदका वाहे गुरु तेरी सब रचना वाहे गुरु दिखती है ना माड़ी मोटी हूँ ये ठीक है ਖਬਰਦਾਰ ਕਰਦੇ ਖਬਰਦਾਰ ਕਰਦੇ ਜਨਮੀ ਜੀ ਉਹ ਪਿੱਛੇ ਆਇਓ ਪਾ ਦੂ ਚਲ ਇੱਧਰ ਵੀ ਆ ਬਲਵੰਤ ਕੌਰ ਪਿੰਡ ਜੀ ਪਿੰਡ ਆਹੀ ਬੁੱਟਰਾ ਕੈਂਪ ਦਾ ਕਿੱਦਾਂ ਪਤਾ ਲੱਗਾ ਸੀ ਹੋਕਾ ਦਿੱਤਾ ਨਹੀਂ ਸਾਨੂੰ ਕੀ ਪਤਾ ਆਹੋ ਕੱਲ ਕਹਿੰਦੇ ਸੀ ਦਿਖਾ ਰਿਹਾ ਪਹਿਲਾਂ ਵੀ ਦਿਖਾ ਲਏ ਲੈਂਚ ਪਵਾਏ ਪਰ ਇੱਕ ਅੱਖ ਦੀ ਨਿਗਾਹ ਘੱਟ ਗਈ ਹੋਗਾ ਨਹੀਂ ਨਹੀਂ ਸਿੰਧ ਤੋਂ ਪਚੱਤਰ ਕੁ ਸਾਲ ਹੈਗੇ ਸੱਤਰ ਤੋਂ ਪੰਜ ਪਚੱਤਰ ਕੁ ਸਾਲ ਨੇੜੇ ਦੀ ਦਿੱਤੀ ਅਵਤਾਰ ਸਿੰਘ ਜੀ ਬੁੱਟਰਾਂ ਜੀ ਬੁੱਟਰਾਂ 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 60 ਸਾਲ ਨੇ ਜੀ 60 ਸਾਲ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਨਾ ਕੁਛ ਨਹੀਂ ਜੀ ਕੁਛ ਨਹੀਂ ਗਰੀਬਾਂ ਵਾਸਤੇ ਤਾਂ ਵਧੀਆ ਜੀ ਸਭ ਕੁਛ ਵਧੀਆ ਡਾਕਟਰ ਨੇ ਦੱਸਿਆ ਜੀ ਆਪਰੇਸ਼ਨ ਹੋਣਾ ਜੀ ਗੱਡ ਕੋਨੇ ਜਾਂ ਉੱਤੇ ਲਾਉਣਾ ਪੈਣਾ ਜੀ ਹਾਂਜੀ ਨਹੀਂ ਕੋਈ ਕੋਈ ਪੈਸਾ ਨਹੀਂ ਲਿਆ ਜੀ ਕੁਛ ਬਿਲਕੁਲ ਵਧੀਆ ਜੀ ਨਾ ਕੁਛ ਕਹਿਣਾ ਕਿ ਠੀਕ ਹੈ ਜੀ ਉਹ ਕਿਹਾ ਵਧੀਆ ਕੀਤਾ ਉਹਨੇ ਕੰਮ ਜੋ ਵੀ ਕਰਦੇ ਵਧੀਆ ਕਰਦੇ ਜਿੱਦਾਂ ਕੈਂਪ ਦਾ ਪਤਾ ਲੱਗਾ ਅਸੀਂ ਆਏ ਸੀ ਚਲੋ ਗਰੀਬਾਂ ਵਾਸਤੇ ਤਾਂ ਬਿਲਕੁਲ ਹੀ ਵਧੀਆ ਹੈ ਜੀ ਹਾਂਜੀ ਬੁੱਟਰਾਂ ਪਤਾ ਤਾਂ ਸਾਨੂੰ ਇੱਥੇ ਪਤਾ ਲੱਗ ਗਿਆ ਸੀਗਾ 20 ਦਿਨ ਨਹੀਂ ਹੋ ਗਿਆ ਪਹਿਲਾਂ ਪਤਾ ਲੱਗ ਗਿਆ ਸੀ ਵੀ ਅੱਜ ਮਤਲਬ 16 ਤਰੀਕ ਨੂੰ ਕੈਂਪ ਲੱਗਣਾ ਡਾਕਟਰ ਨੇ ਦੱਸਿਆ ਕਹਿੰਦੇ ਵੀ ਤੁਹਾਡੇ ਆਹ ਲੈਂਥ 'ਤੇ ਆਇਆ ਇਹੋ ਅੱਗੇ
ਇਹ ਆ ਹੁਣ ਦੂਜਾ ਪਊਗਾ ਤਾਂ ਉਹ ਤੋਂ ਬਾਅਦ ਫਿਰ ਤੁਹਾਡੇ ਉਹ ਦੋਨਾਂ ਨੂੰ ਫਿਰ ਪੈ ਜਾਊਗਾ ਐਨਕ ਲੱਗ ਜੂ ਫਿਰ ਜਿਹੜਾ ਪਹਿਲਾਂ ਤੁਹਾਡੇ ਲੈਂਸ ਪਿਆ ਆਪਰੇਸ਼ਨ ਹੋਇਆ ਕਿੱਥੋਂ ਆਇਆ ਸੀਗਾ ਇਹ ਉੱਥੇ ਆਪਣੇ ਦੁੱਗਲ ਹਸਪਤਾਲ ਵੀ ਪਾਇਆ ਸੀਗਾ ਜੀ ਜਲੰਧਰ ਜਿਹੜਾ ਇੱਥੇ ਕੈਂਪ ਲੱਗਾ ਸੀ ਇੱਥੇ ਆ ਪਿਛਲੇ ਸਾਲ ਲੱਗਾ ਜੀ ਇੱਥੇ ਠੀਕ ਸੀਗਾ ਵਧੀਆ ਅੱਖ ਬਣੀ ਸੀ ਹਾਂਜੀ ਅੱਖ ਠੀਕ ਬਣ ਗਈ ਜੀ ਇਹ ਤਾਂ ਦੇਖੋ ਜੀ ਇਹ ਬਹੁਤ ਗਰੀਬਾਂ ਵਾਸਤੇ ਧੰਨਵਾਦ ਆ ਇੱਕ ਕਿਸਮ ਦਾ ਜਿਹਨਾਂ ਕੋਈ ਗਰੀਬ ਪੈਸਾ ਨਹੀਂ ਲਾ ਸਕਦਾ ਉਹਦੇ ਵਾਸਤੇ ਉਹ ਬਹੁਤ ਫਾਇਦਾ ਹੈ ਸਾਹਮਣੇ ਦੇਖਣਾ ਵੋਹੀ।